ਮੋਰਨਿੰਗ ਸਲਾਈਡ ਪਿਆਰੇ ਬੱਚਿਓ, ਅੱਜ ਮਿਤੀ 14 ਮਾਰਚ 2024, ਦਿਨ ਵੀਰਵਾਰ, ਜਿਸ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਥਰਸਡੇ ਕਹਿੰਦੇ ਹਾਂ, THURSDAY ਥਰਸਡੇ। ਆਓ ਕਰਦੇ ਹਾਂ ਅੱਜ ਦਾ ਵਿਚਾਰ। ਝੂਠ ਬੋਲਣਾ ਬਹੁਤ ਬੁਰੀ ਆਦਤ ਹੈ ਪਿਆਰੇ ਬੱਚਿਓ, ਝੂਠ ਬੋਲਣਾ ਬੁਰੀ ਆਦਤ ਹੈ ਬੱਚਿਓ। ਝੂਠ ਬੋਲਣ ਦੇ ਨਾਲ ਅਸੀਂ ਕਦੇ ਵੀ ਜ਼ਿੰਦਗੀ ਵਿੱਚ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਬੱਚਿਓ। ਝੂਠ ਬੋਲਣ ਵਾਲਾ ਵਿਅਕਤੀ ਜ਼ਿੰਦਗੀ ਵਿੱਚ ਅਖੀਰ ਵਿੱਚ ਅਸਫਲ ਹੀ ਹੁੰਦਾ ਹੈ ਬੱਚਿਓ। ਝੂਠ ਬੋਲ ਕੇ ਅਸੀਂ ਕਿਸੇ ਵੀ ਚੀਜ਼ ਨੂੰ ਪ੍ਰਾਪਤ ਨਹੀਂ ਕਰ ਸਕਦੇ ਬੱਚਿਓ। ਝੂਠ ਬੋਲਣ ਦੇ ਨਾਲ ਜ਼ਿੰਦਗੀ ਵਿੱਚ ਸਫਲਤਾ ਨਹੀਂ ਮਿਲਦੀ, ਤਰੱਕੀ ਨਹੀਂ ਮਿਲਦੀ, ਅਸੀਂ ਅੱਗੇ ਨਹੀਂ ਵੱਧ ਸਕਦੇ ਬੱਚਿਓ। ਝੂਠ ਬੋਲਣ ਵਾਲੇ ਵਿਅਕਤੀ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਜਦੋਂ ਵੀ ਅਸੀਂ ਜ਼ਿੰਦਗੀ ਵਿੱਚ ਕੋਈ ਝੂਠ ਬੋਲਦੇ ਹਾਂ ਤਾਂ ਉਸ ਝੂਠ ਨੂੰ ਬਰਕਰਾਰ ਰੱਖਣ ਦੇ ਲਈ ਸਾਨੂੰ ਹੋਰ ਬਹੁਤ ਸਾਰੇ ਝੂਠ ਬੋਲਣੇ ਪੈਂਦੇ ਹਨ ਬੱਚਿਓ। ਜ਼ਿੰਦਗੀ ਵਿੱਚ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ। ਸੋ ਜ਼ਿੰਦਗੀ ਵਿੱਚ ਹਮੇਸ਼ਾ ਸੱਚ ਬੋਲਣਾ, ਸੱਚ ਦਾ ਸਾਥ ਦੇਣਾ, ਸੱਚ ਦੇ ਨਾਲ ਖੜਨਾ ਬੱਚਿਓ। ਝੂਠ ਬੋਲਣ ਵਾਲੇ ਵਿਅਕਤੀ ਦੀ ਹਮੇਸ਼ਾ ਹਾਰ ਹੀ ਹੁੰਦੀ ਹੈ। ਝੂਠ ਬੋਲਣਾ ਇੱਕ ਬਹੁਤ ਹੀ ਬੁਰੀ ਆਦਤ ਹੈ। ਆਓ ਕਰਦੇ ਹਾਂ ਗਿਆਨ ਵਿਗਿਆਨ। ਦੇਸੀ ਸਾਲ ਕਿਸ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਬੱਚਿਓ? ਦੇਸੀ ਸਾਲ ਚੇਤ ਮਹੀਨੇ ਤੋਂ ਸ਼ੁਰੂ ਹੁੰਦਾ ਹੈ। ਪੰਜਾਬ ਦੇ ਗੁਆਂਢੀ ਰਾਜ ਕਿਹੜੇ ਕਿਹੜੇ ਹਨ ਬੱਚਿਓ? ਪੰਜਾਬ ਦੇ ਗੁਆਂਢੀ ਰਾਜ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਹਨ। ਸਾਡਾ ਰਾਸ਼ਟਰੀ ਫਲ ਕਿਹੜਾ ਹੈ ਬੱਚਿਓ? ਸਾਡਾ ਰਾਸ਼ਟਰੀ ਫਲ ਅੰਬ ਹੈ। ਲੀਪ ਦੇ ਸਾਲ ਵਿੱਚ ਫਰਵਰੀ ਮਹੀਨੇ ਵਿੱਚ ਕਿੰਨੇ ਦਿਨ ਹੁੰਦੇ ਹਨ ਬੱਚਿਓ? ਲੀਪ ਦੇ ਸਾਲ ਦੇ ਵਿੱਚ ਫਰਵਰੀ ਮਹੀਨੇ ਵਿੱਚ 29 ਦਿਨ ਹੁੰਦੇ ਹਨ। ਹੱਡੀਆਂ ਦੀ ਮਜ਼ਬੂਤੀ ਲਈ ਸਾਡੇ ਭੋਜਨ 'ਚ ਕਿਹੜਾ ਤੱਤ ਹੋਣਾ ਚਾਹੀਦਾ ਹੈ? ਹੱਡੀਆਂ ਦੀ ਮਜ਼ਬੂਤੀ ਲਈ ਸਾਡੇ ਭੋਜਨ ਦੇ ਵਿੱਚ ਕੈਲਸ਼ੀਅਮ ਹੋਣਾ ਬਹੁਤ ਹੀ ਜ਼ਰੂਰੀ ਹੈ। ਆਓ ਬੁੱਝੀਏ ਜਾਂ ਅੱਜ ਦੀ ਬੁਝਾਰਤ। ਮੈਂ ਲੋਹੇ ਦਾ ਵੱਡਾ ਪੰਛੀ, ਉੜਦਾ ਦੋ ਖੰਭਾਂ ਦੇ ਨਾਲ, ਬਹਿ ਮੇਰੇ 'ਚ ਲੋਕ ਸੈਂਕੜੇ, ਜਾਨ ਸਮੁੰਦਰੋਂ ਪਾਰ। ਪਿਆਰੇ ਬੱਚਿਓ, ਜੋ ਅੱਜ ਦੀ ਬੁਝਾਰਤ ਹੈ ਉਸਦਾ ਉੱਤਰ ਹੈ ਹਵਾਈ ਜਹਾਜ਼। ਆਓ ਕਰਦੇ ਹਾਂ ਵਰਡਸ ਫਾਰ ਪ੍ਰੈਕਟਿਸ। ਫਸਟ ਵਰਡ ਇਜ਼ ਰਬੜ, RUBBER, ਰਬੜ। ਰਬੜ ਨੂੰ ਬੱਚਿਓ ਆਪਾਂ ਪੰਜਾਬੀ ਵਿੱਚ ਰਬੜ ਕਹਿੰਦੇ ਹਾਂ। ਬਬਲ, BUBBLE, ਬਬਲ। ਬਬਲ ਮੀਨ ਬੁਲਬਲਾ। ਕੋਬਲਰ, COBBLER, ਕੋਬਲਰ। ਕੋਬਲਰ ਬੱਚਿਓ ਆਪਾਂ ਮੋਚੀ ਨੂੰ ਕਹਿੰਦੇ ਹਾਂ। ਹੋਬੀ, HOBBY, ਹੋਬੀ। ਹੋਬੀ ਮੀਨਸ ਰੁਚੀ। ਰੀਬਨ, RIBBON, ਰੀਬਨ। ਬੱਚਿਓ ਰੀਬਨ ਨੂੰ ਪੰਜਾਬੀ ਵਿੱਚ ਆਪਾਂ ਰੀਬਨ ਹੀ ਕਹਿੰਦੇ ਹਾਂ। ਪਹਿਰੇ ਬੱਚਿਓ, ਇਹ ਸੀ ਸਾਡੀ ਅੱਜ ਦੀ ਮੋਰਨਿੰਗ ਸਲਾਈਡ। ਆਸ ਕਰਦਾ ਹਾਂ ਕਿ ਜੋ ਵੀ ਅੱਜ ਤੁਸੀਂ ਸੁਣਿਆ ਹੈ ਉਸ ਨੂੰ ਰਿਵਾਈਜ਼ ਕਰੋਗੇ ਅਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਰਹੋਗੇ। ਥੈਂਕ ਯੂ ਬੇਟਾ ਜੀ।